ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਸੀਂ ਕੱਚੇ ਪਿਓ ਦੇ ਨਹੀਂ ਬਣਦੇ, ਪੱਕੇ ਪਿਓ ਦੀ ਸੁਰਤ ਨਹੀਂ ਆਉਂਦੀ। ਪੱਕੇ ਪਿਓ ਦੀ ਸੁਰਤ ਬਿਨਾਂ ਬਾਣੀ ਨਹੀਂ ਸਮਝ ਆਉਂਦੀ। ਤੇ ਅੱਜ ਮੈਂ ਦੇਖ ਰਿਹਾ ਸੀਗਾ, ਇੰਟਰਵਿਊ ਕਰ ਰਿਹਾ ਸੀ ਅਕਾਲ ਟੀਵੀ, ਹਰਪ੍ਰੀਤ ਕਰ ਰਿਹਾ ਸੀਗਾ ਤੇ ਪ੍ਰੋਫੈਸਰ ਹਰਦੇਵ ਸਿੰਘ ਵਿਰਕ, ਬੜਾ ਮਸ਼ਹੂਰ ਹੈਗਾ ਸਾਇੰਟਿਸਟ ਤੇ ਬਹੁਤ ਉਹਨੇ ਕਿਤਾਬਾਂ 'ਤੇ ਰਿਸਰਚ ਕੀਤੀ ਜੀ, ਵੈਰੀ ਗੁੱਡ। ਅਤੇ ਉਹਨੇ ਬਾਣੀ ਦੇ ਉੱਤੇ ਹੈਗਾ ਔਰ ਆਪਣੇ ਉਹਦੇ 'ਚ ਵੀ ਉਹਨੂੰ ਸ਼ੌਕ ਹੈਗਾ ਅਤੇ ਕਾਫ਼ੀ ਉਹਦੇ ਵਿਚਾਰ ਹੈਗੇ ਨੇ ਸੁਣੇ ਅਤੇ ਮੈਂ ਉਹਦੇ 'ਤੇ ਕੁਛ ਨੁਕਤਾ ਚੀਨੀ ਕਰਨਾ ਚਾਹੁੰਦਾ ਕਿ ਉਹ ਜਿਹੜਾ ਕਹਿੰਦੇ ਵੀ ਹਰਿਮੰਦਰ ਸਾਹਿਬ ਜਿਹੜਾ ਹੈਗਾ ਔਰਤਾਂ ਨੂੰ ਉਹਦੇ ਕੀਰਤਨ ਨਹੀਂ ਕਰਨ ਦਿੰਦੇ, ਉਹਦਾ ਜਿਹੜਾ ਜਵਾਬ ਹੈਗਾ ਉਹ ਇਹ ਹੈਗਾ ਕਿ ਇਹ ਜਦੋਂ ਇਹ ਜਿਹੜਾ ਹਰਿਮੰਦਰ ਸਾਹਿਬ ਜੀ ਜਿਹੜੇ ਕੀਰਤਨ ਕਰਦਾ ਨਾ, ਉਹ ਕਰਦੇ ਸੀ ਸੰਤ ਨਿਰਮਲੇ ਸੰਤ, ਕਿ ਜਿਹੜੇ ਨਿਰਮਲੇ ਸੰਤ ਸੀਗੇ ਉਹ ਸੀਗੇ ਖਾਲਸੇ, ਜਿਹਨਾਂ ਨੇ ਜਿਹਨਾਂ ਜਿਹੜੇ ਕਹਿੰਦੇ ਅਸੀਂ ਲੜਨਾ ਨਹੀਂ ਹੈਗਾ, ਸਾਨੂੰ ਸ਼ਬਦਾਂ ਦੀ ਹੈਗੀ, ਸਾਨੂੰ ਅਸੀਂ ਪ੍ਰਚਾਰ ਕਰਨਾ ਹੈਗਾ। ਉਹਨਾਂ ਨੂੰ ਫਿਰ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ ਕਾਂਸ਼ੀ ਕੱਢਿਆ ਸੀ, ਜਾਓ ਉੱਥੇ ਜਾ ਕੇ ਸਿੱਖ ਕੇ ਆਓ। ਉਹ ਆਪਣੇ ਚਲੇ ਗਏ ਆਪਣੇ ਸਾਦੇ ਕੱਪੜਿਆਂ 'ਚ, ਜਦੋਂ ਸਾਦੇ ਕੱਪੜਿਆਂ 'ਚ ਗਏ ਤਾਂ ਉਹਨਾਂ ਨੇ ਬਾਹਮਣਾਂ ਨੇ ਉੱਥੇ ਪੁੱਛਿਆ ਕਾਂਸ਼ੀ ਵੀ ਕੀ ਕੌਮ ਹੈ, ਕੀ ਜਾਤੀ ਹੋਏਗੀ, ਅਤੇ ਉਹਨਾਂ ਨੂੰ ਕਿਸੇ ਜਦੋਂ ਦੱਸੇ ਸੀ ਜੱਟ ਹੈਗੇ, ਚੂੜੇ ਹੈਗੇ ਆ, ਚਮਾਰ ਹੈਗੇ ਆ, ਉਹਨਾਂ ਨੇ ਕਿਹਾ ਮਨਾ ਕਰ ਦਿੱਤਾ ਵੀ ਅਸੀਂ ਤੁਹਾਨੂੰ ਨਹੀਂ ਸਿਖਾ ਸਕਦੇ। ਇਹ ਜਿਹੜਾ ਇਲਮ ਹੈਗਾ ਇਹ ਸਿਰਫ ਉਹਨਾਂ ਕੌਮ ਦੇ ਮੁੰਡਿਆਂ ਨੂੰ ਸਿਖਾਇਆ ਜਾਂਦਾ ਜਿਨ੍ਹਾਂ ਦੇ ਸਪੁਰ ਦੇ ਕੰਮ ਕੀਤਾ ਹੈਗਾ ਬ੍ਰਾਹਮਣ ਵਰਨ ਦਾ। ਉਹ ਹੈਗੇ ਸਾਫ਼ ਹੋਏ, ਗੌਰ ਹੋਏ, ਮੋਹਿਆਲ ਹੋਏ, ਇੱਦਾਂ ਦੀਆਂ ਕੌਮ ਹੈਗੀਆਂ। ਮਿਡਲ ਈਸਟ 'ਚ ਇੱਕ ਕੌਮ ਨੂੰ ਦਿੱਤਾ ਹੈਗਾ ਲੀਵਾਈ ਟ੍ਰਾਈਬ ਦੀ ਕੌਮ ਨੂੰ, ਲੀਵਾ ਕੌਮ ਨੂੰ। ਉਹਦੇ 'ਚ ਲੀਵਾਈ ਜਿਹੜੇ ਹੈਗੇ ਨੇ ਉਹੀ ਜਿਹੜੇ ਹੈਗੇ ਨੇ ਉਹ ਰਾਬਾਈ ਬਣ ਸਕਦੇ ਨੇ ਬਾਹਮਣ। ਅਤੇ ਉਹ ਫਿਰ ਜਿਹੜੇ ਆ ਗਏ ਵਾਪਸ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ, ਉਹਨਾਂ ਨੇ ਸਾਨੂੰ ਇਨਕਾਰ ਕਰ ਦਿੱਤਾ ਸੀ, ਕਹਿੰਦੇ ਤੁਹਾਨੂੰ ਨਹੀਂ ਅਸੀਂ ਇਹ ਵਿਦਿਆ ਦੇ ਸਕਦੇ। ਉਹਨਾਂ ਨੇ ਕਿਹਾ ਫਿਰ ਚੰਗਾ ਭੰਗਵੇਂ ਕੱਪੜੇ ਪਾ ਕੇ ਜਾਓ, ਜਿਹੜੇ ਸਾਧੂਆਂ ਦਾ ਲਿਬਾਸ ਹੈਗਾ, ਜਿਨ੍ਹਾਂ ਦਾ ਦੁਨੀਆਂ ਦਾ ਕੋਈ ਤਾਲੁਕ ਨਹੀਂ ਹੁੰਦਾ, ਉਹ ਫਿਰ ਭੰਗਵੇਂ ਕੱਪੜੇ ਪਾ ਕੇ ਗਏ ਤਾਂ ਉਹਨਾਂ ਨੂੰ ਫਿਰ ਇਨਕਾਰ ਨਹੀਂ ਸੀ ਕਰ ਸਕਦੇ, ਕਿਉਂ ਜਿਹੜੇ ਸਾਧੂ ਹੁੰਦੇ ਉਹਨਾਂ 'ਚ ਜਾਤੀ, ਉਹਨਾਂ ਦੀ ਜਾਤੀ ਦਾ ਵੀ ਮਾਰਿਆ ਹੁੰਦਾ ਹੈਗਾ। ਉਹਨਾਂ 'ਚ ਪੁੱਛਿਆ ਨਾ ਸਾਧੂ ਨੂੰ ਤੇਰੀ ਜਾਤ ਕੀ ਹੈਗੀ, ਉਹ ਕਹਿੰਦਾ ਸਾਧੂ ਵੀ ਬਣੇ ਤਾਂ ਜਾਤ ਵੀ ਰਹਿ ਗਈ, ਮਗਰ ਸਾਧੂ ਨੂੰ ਇਹ ਪੁੱਛੀਦਾ ਪਰਮਾਤਮਾ ਨੇ ਤੁਹਾਨੂੰ ਕਿਸ ਜਾਤ 'ਚ ਜਨਮ ਦਿੱਤਾ, ਫਿਰ ਉਹ ਦੱਸਣਗੇ। ਪਰ ਉਹਨਾਂ ਦੀ ਜਾਤੀ ਨਹੀਂ ਹੁੰਦੀ, ਕੋਈ ਵੀ ਜਾਤੀ ਹੁੰਦੀ ਦੁਨਿਆਵੀ ਲੋਕਾਂ ਦੀ, ਉਹ ਹੁੰਦੇ ਨੇ ਰੂਹਾਨੀ ਸਲੈਸ਼ੀਅਲ ਵਰਲਡ। ਉਹਦਾ ਹੈਗਾ ਮੈਂ ਕ੍ਰਿਸਚੈਨਿਟੀ ਦਾ ਵੀ ਪ੍ਰਚਾਰ ਕਰਦਾ ਹੈਗਾ ਅਤੇ ਉਹਦੇ 'ਚ ਇਹ ਜਿਹੜਾ ਹੈਗਾ ਨਾ ਬਹੁਤ ਸੌਖੇ ਹੈਗੇ ਨੇ ਦੱਸਣਾ। ਹੈਗਾ ਉੱਥੇ ਇੱਥੇ ਆ ਬਾਹਮਣ ਹੈਗਾ ਜੌਨ ਦੀ ਬਾਪਟਿਸਟ, ਇਹਨੇ ਪਾਣੀ 'ਚ ਡੁਬਕੀ ਦਿੱਤੀ ਸੀ ਇਬਰਾਹਿਮ ਦੇ ਨਾਂ 'ਤੇ, ਜਿਹਨਾਂ ਨੂੰ ਸੁਰਤੀ ਸੀਗੀ ਨਾ ਆਪਣੇ ਜਿਹੜੇ ਆਪਣੇ ਪਿਓ ਦੇ ਬਣ ਗਏ ਨਾ, ਜਿਹੜੀ ਹੈਗੀ ਨਾ ਜਾਤ ਹੈਗੀ ਇੱਕ ਬੀਜ ਹੈਗਾ, ਇਸ ਬੀਜ ਨਾਲ ਫਿਰ ਪੌਦਾ ਬਣਦਾ ਹੈਗਾ, ਜੇ ਬੀਜ ਹੀ ਹੈ ਨਹੀਂ ਤਾਂ ਪੌਦਾ ਨਹੀਂ ਬਣਦਾ। ਬ੍ਰਹਮ ਦੇ ਬੇਟੇ ਸ਼ਬਦ ਸ਼ਬਦ ਹੈ, ਇਹ ਜਾਤ ਬ੍ਰਹਮ ਦੇ ਵਿੱਚ ਹੈਗੀ, ਇਹ ਪਾਰਬ੍ਰਹਮ ਵਿੱਚ ਹੈਗਾ ਆ ਜਿਹੜਾ।
ਤੇ ਉਹ ਫਿਰ ਜਾਤ ਦਾ ਜਿਹੜਾ ਬੀਜ ਹੈਗਾ ਉਹਨੂੰ ਬੀਜ ਕੇ ਉਹਨੂੰ ਪੌਦਾ ਬਣਾਉਣਾ ਪਾਉਂਦਾ, ਪੌਦਾ ਫਿਰ ਜਿਹੜਾ ਹੈਗਾ ਉਹ ਸੁਰਤੀ ਨਾਲ ਫਿਰ ਉਹਨੇ ਫਲ ਲਿਆਉਣਾ ਹੈਗਾ। ਫਲ ਲਿਆਉਣ ਲਈ ਉਹਨੂੰ ਫਿਰ ਪਾਰਬ੍ਰਹਮ ਦੀ ਬਾਣੀ ਚਾਹੀਦੀ ਹੈਗੀ, ਉਹ ਫਿਰ ਇਸ ਭੀੜੀ ਗਲੀ 'ਚ ਲੰਘਦਾ ਹੈਗਾ ਅਤੇ ਪਾਰਬ੍ਰਹਮ ਦੀ ਬਾਣੀ ਫਿਰ ਜੀ ਨੇ ਜਾਂ ਸਤਿਗੁਰੂ ਨਾਨਕ ਤੋਂ ਸੁਣਦਾ ਹੈਗਾ। ਇੱਥੇ ਜਿਹੜਾ ਹੈਗਾ ਇਹ ਸਾਧੂਆਂ ਦੀ ਹੈਗੀ ਬਿਲਡਰਨੈਸ, ਅਤੇ ਇੱਥੇ ਅਬਵ ਹੈਗਾ, ਇਹ ਫਰੈਸ਼ੀਅਲ ਵਰਡ ਹੈਗਾ। ਅਤੇ ਜਦੋਂ ਭਗਵੇਂ ਕੱਪੜੇ ਪਾ ਕੇ ਗਿਆ ਤਾਂ ਉਹ ਇਹ ਸਾਧੂ ਬਣ ਗਿਆ ਨਾ, ਉਹਨਾਂ ਨੂੰ ਉਹ ਫਿਰ ਜਵਾਬ ਨਹੀਂ ਦੇ ਸਕੇ ਜਿਹੜੇ ਸੀਗੇ ਕਾਂਸ਼ੀ ਦੇ ਬ੍ਰਾਹਮਣ, ਉਹਨਾਂ ਨੇ ਫਿਰ ਵੇਦ ਵਿੱਦਿਆ ਲਈ। ਅਤੇ ਜਦੋਂ ਆਏ ਉੱਥੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਕੋਲ ਵਾਪਸ ਆਏ ਭਗਵੇਂ ਕੱਪੜੇ 'ਚ, ਉਹਨਾਂ ਨੇ ਭਗਵੇਂ ਕੱਪੜੇ ਉਹਨਾਂ ਨੇ ਲਾਹ ਕੇ ਉਹਨਾਂ ਦੇ ਚਿੱਟੇ ਕੱਪੜੇ ਪਾ ਦਿੱਤੇ ਨਿਰਮਲੇ ਉਹਨਾਂ ਨੂੰ ਕਿਹਾ, ਅਤੇ ਨਿਰਮਲੇ ਸੰਤ ਅਪੋਸਲ ਉਹ ਪ੍ਰਚਾਰਕ ਸੀਗੇ, ਉਹ ਫਿਰ ਉਹਨਾਂ ਨੇ ਕੱਢੇ ਸੀ ਜਾਓ ਆਪਣਾ ਤਖ਼ਤ ਸਾਂਭੋ। ਤਖ਼ਤ ਹੈਗਾ ਅਕਾਲ ਤਖ਼ਤ। ਅਤੇ ਜਦੋਂ ਇੱਥੇ ਆਏ ਅਕਾਲ ਤਖ਼ਤ 'ਤੇ ਬੈਠਣ ਲਈ ਉਹਨਾਂ ਨੇ ਖੱਤਰੀਆਂ ਨੇ ਚੱਕ ਕੇ ਬਾਹਰ ਮਾਰੇ। ਤੁਹਾਨੂੰ ਪਤਾ ਕਿ ਛੇਵੇਂ ਸਤਿਗੁਰੂ ਤੇਗ ਬਹਾਦਰ ਜੀ ਜਦੋਂ ਉੱਥੇ ਆਏ ਸੀਗੇ ਆਪਣੇ ਦਿੱਖ ਦਰਸ਼ਨ ਕਰਨ, ਆਪਣੇ ਘਰ ਆਏ ਸੀਗੇ ਅੰਮ੍ਰਿਤਸਰ, ਅਤੇ ਇਹ ਜਿਹੜਾ ਹਰਿਮੰਦਰ ਹੈਗਾ ਉਹਨਾਂ ਦਾ ਹੈਗਾ ਨਾ, ਸਤਿਗੁਰੂ ਨਾਨਕ ਦੇਵ ਜੀ ਦਾ ਹੈਗਾ ਨਾ। ਸਤਿਗੁਰੂ ਨਾਨਕ ਦੇਵ ਜੀ ਦੇ ਉਹ ਸੀਗੇ ਨਾ ਆਪਣੇ ਛੇਵੀਂ ਜੋਤ, ਛੇ ਕਰ ਛੇ ਉਪਦੇਸ਼, ਅਤੇ ਚਾਰ ਹੋਏ ਨੇ ਸੱਚੇ ਪਾਤਸ਼ਾਹ ਹਰਗੋਬਿੰਦ ਜੀ ਪਹਿਲੇ, ਹਰ ਰਾਏ ਹਰ ਕ੍ਰਿਸ਼ਨ ਅਤੇ ਗੋਬਿੰਦ ਰਾਏ ਜੀ, ਇਹ ਸੱਚੇ ਪਾਤਸ਼ਾਹ ਸਨ। ਇਹ ਉੱਚੇ ਹੁੰਦੇ ਪਾਤਸ਼ਾਹ ਹੈਗੇ ਨੇ। ਅਤੇ ਉਹ ਉਹਨਾਂ ਨੇ ਫਿਰ ਕੁੰਡਾ ਨਹੀਂ ਖੋ ਕੁੰਡਾ ਲਾ ਲਿਆ ਉਹਨਾਂ ਨੇ ਵੀ ਕਿਤੇ ਮੀਟ ਨਾ ਚੱਕ ਕੇ ਲੈ ਜਾਵੇ ਜਾਂ ਉਹਨੂੰ ਅੰਦਰ ਨਹੀਂ ਵੜਨ ਦਿੱਤਾ। ਕਹਿੰਦਾ ਜਾ ਦੌੜ ਜਾ ਇੱਥੋਂ, ਪਤਾ ਚੱਲਦੇ ਬਾਬਾ ਬਕਾਲੇ ਖੱਤਰੀ ਜਿਹੜੇ ਸੀਗੇ ਬਾਈ ਮੰਜੀਆਂ ਢਾਹ ਕੇ ਬਹਿ ਗਏ ਸੀ, ਮੈਂ ਹੈਗਾ ਬਾਬਾ ਅਤੇ ਮੈਂ ਬਾਬਾ ਹੈਗਾ, ਅਤੇ ਉਹ ਲੋਕਾਂ ਨੂੰ ਲੁੱਟਣ ਲੱਗ ਪਏ ਸੀਗੇ। ਹੁੰਦਿਆਂ ਸੁਣਦਿਆਂ ਕਿ ਉੱਥੋਂ ਹੀ ਪ੍ਰਗਟ ਹੋਣਾ ਹੈਗਾ ਸੱਚਾ ਸਤਿਗੁਰੂ ਤੇਗ ਬਹਾਦਰ ਜੀ। ਇਹ ਇੰਨੇ ਬੇਸ਼ਰਮ ਹੈਗੇ ਨਾ, ਲਾਲਚੀ ਹੈਗੇ ਖੱਤਰੀ। ਖੱਤਰੀ ਪੁੱਤਰਮ ਕਿਸੇ ਨਾ ਮਿੱਤਰਮ, ਮਿੱਤਰਮ ਹੀ ਮਿੱਤਰਮ ਦਗਾ ਦਿੱਤਰਮ। ਅਤੇ ਇਸ ਕਰਕੇ ਇਹ ਇਹਨਾਂ ਦੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇਹ ਕਿੰਨੇ ਆਲਮ ਸੀਗੇ ਕਿ ਜੇ ਸੱਚਾ ਸਤਿਗੁਰੂ ਹੋਵੇ ਉਹਦਾ ਵੀ ਮੁਕਾਬਲਾ ਕਰਨ ਨੂੰ ਤੁਰ ਪਏ ਸੀਗੇ। ਅਤੇ ਇਹ ਫਿਰ ਜਦੋਂ ਉਹ ਆਏ ਸੀਗੇ ਆਪਣੇ ਨਿਰਮਿਤ ਸੰਤ, ਆਪਣੇ ਅਕਾਲ ਤਖ਼ਤ ਨਿਰਮਿਤ ਸੰਤਾਂ ਦਾ ਬ੍ਰਾਹਮਣ ਬ੍ਰਾਹਮਣ ਵਰਨ ਦਾ ਹੈਗਾ, ਇਹ ਸ਼ੂਦਰ ਵਰਨ ਦਾ ਹੈਗਾ ਹਜ਼ੂਰ ਸਾਹਿਬ, ਵੈਸ਼ ਦਾ ਹੈਗਾ ਪਟਨਾ ਸਾਹਿਬ, ਕੇਸਗੜ੍ਹ ਹੈਗਾ ਕਸ਼ਤਰੀ ਵਰਨ ਦਾ, ਅਤੇ ਇਹ ਹੈਗਾ ਬ੍ਰਾਹਮਣ ਵਰਨ ਦਾ। ਬ੍ਰਾਹਮਣ ਯਾਨੀ ਕਿ ਐਜੂਕੇਸ਼ਨ। ਜਦੋਂ ਇੱਥੇ ਆਏ ਤਾਂ ਉਹਨਾਂ ਨੇ ਚੱਕ ਕੇ ਬਾਹਰ ਮਾਰੇ, ਉਹਨਾਂ ਨੇ ਬਾਹਰ ਫੇਰਾ ਲਾ ਲਿਆ ਆਪਣਾ। ਅਤੇ ਇਹ ਫਿਰ ਖੱਤਰੀ ਉਹ ਜਿਹੜੀ ਮਰਿਆਦਾ ਜਿਹੜੀ ਸੀਗੀ ਵੀ ਇੱਥੇ ਫਿਰ ਆਦਮੀ ਹੀ ਕਰ ਸਕਦੇ ਕੀਰਤਨ, ਉਹ ਫਿਰ ਇਹਨਾਂ ਨੇ ਕਾਇਮ ਰੱਖੀ। ਉਹ ਅੱਜ ਤਾਈਂ ਵੀ ਉਹ ਕਾਇਮ ਹੈਗੀ ਕਿ ਇਕੱਲੇ ਆਦਮੀ ਉੱਥੇ ਕੀਰਤਨ ਕਰ ਸਕਦੇ ਨੇ, ਔਰਤਾਂ ਨਹੀਂ ਕਰ ਸਕਦੀਆਂ। ਪਰ ਉਹ ਜਿਹੜੇ ਹੈਗੇ ਨੇ ਅੱਜ ਕੱਲ੍ਹ ਦੇ ਸਿੱਖ ਹੈਗੇ ਨੇ, ਉਹਨਾਂ ਨੂੰ ਕੁਛ ਨਹੀਂ ਪਤਾ ਵੀ ਕਿਉਂ ਨਹੀਂ ਕਰ ਰਹੀਆਂ। ਮੈਂ ਇਸ ਕਰਕੇ ਇਹ ਵੀਡੀਓ ਬਣਾ ਰਿਹਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਉਹ ਨਿਰਮਲ ਸੰਤਾਂ ਲਈ ਹੁੰਦਾ ਹੈਗਾ, ਅਤੇ ਨਿਰਮਲ ਸੰਤ ਹੀ ਜਿਹੜੇ ਹੁੰਦੇ ਸੀ ਉਹੀ ਆਪਣੇ ਪ੍ਰਚਾਰਕ ਹੁੰਦੇ ਸੀਗੇ, ਇੱਕ ਪਿੰਡ ਦੂਜੇ ਪਿੰਡ ਉਹ ਜਾਂਦੇ ਹੁੰਦੇ ਸੀਗੇ। ਮੇਰੇ ਗ੍ਰੇਟ ਗ੍ਰਾਂਡਫਾਦਰ ਜਿਹੜੇ ਸੀਗੇ ਉਹਨਾਂ ਨੂੰ ਸੇਵਾ ਕਰਦੇ ਹੁੰਦੇ ਸੀਗੇ ਪਿੰਡ 'ਚ, ਉਹਨਾਂ ਨੂੰ ਖਾਣਾ ਪੀਣਾ, ਉਹਨਾਂ ਨੂੰ ਰਹਿਣ ਦੀ ਸਭ ਕੁਛ ਦੇਣਾ, ਸੁਣਨਾ ਉਹਨਾਂ ਦੇ ਕੀਰਤਨ ਸੁਣਨਾ, ਕਥਾ ਸੁਣਨੀ। ਅਤੇ ਉਦੋਂ ਪਿੰਡ 'ਚ ਇੱਕ ਘਰ ਸੀਗਾ, ਉਹਨਾਂ ਜ਼ਮੀਨ ਜ਼ਿਆਦਾ ਸੀ, ਉਹ ਆਪਣੇ ਆਪ ਨੂੰ ਸਿੱਖਾਂ ਦਾ ਘਰ ਬਣਾਉਣ ਲੱਗ ਪਿਆ। ਅਤੇ ਗ੍ਰੇਟ ਫਾਦਰ ਕਹਿੰਦਾ ਵੀ ਇਹ ਫੋਕੀ ਸਰਦਾਰੀ ਇਹਨਾਂ ਨੂੰ ਕਿਸੇ ਦਿਨ ਲੈ ਡੁੱਬੀ ਸੀ, ਕਿਉਂ ਉਦੋਂ ਅਸੀਂ ਸਾਰੇ ਜੱਟ ਚੌਧਰੀ ਕਰਵਾਉਂਦੇ ਸੀਗੇ,
ਚੌਧਰੀ ਤੇ ਇਸ ਕਰਕੇ ਇਹ ਜਿਹੜਾ ਕੱਛੀ ਟਾਈਟਲ ਸਰਦਾਰ ਵਗੈਰਾ ਇਹ ਤਾਂ ਬਾਅਦ ਵਿੱਚ ਖੱਤਰੀਆਂ ਨੇ ਚਿੱਤਣਾ ਤੇ ਖੰਭ ਦੇ ਤੇ ਜੱਟਾਂ ਦੇ ਵੀ ਲਓ ਹੁਣ ਤੁਸੀਂ ਟੱਪੋ ਖੂਬ ਤੇ ਨੱਚੋ ਤੇ ਮਰੋ ਤੇ ਇਸ ਕਰਕੇ ਸੀਗਾ ਵੀ ਉਹ ਹਰਿਮੰਦਰ ਸਾਹਿਬ ਉੱਥੇ ਔਰਤ ਜਿਹੜੀ ਹੈਗੀ ਉਹਨੂੰ ਉਹ ਕੀਰਤਨ ਨਹੀਂ ਕਰਨ ਦਿੰਦੇ ਪਰ ਹਰਿਮੰਦਰ ਜਿਹੜਾ ਹੈਗਾ ਪਾਰਬ੍ਰਹਮ ਵਿੱਚ ਉਸੇ ਰੂਹ ਦਾ ਚੌਲਕ ਹੈਗਾ ਉੱਥੇ ਜਿਸਮ ਦਾ ਨਹੀਂ ਚੌਲਕ ਹੈਗਾ ਰੂਹ ਔਰਤ 'ਚ ਵੀ ਉਹੀ ਹੈਗੀ ਆਦਮੀ 'ਚ ਵੀ ਉਹੀ ਹੈਗੀ ਇਸ ਕਰਕੇ ਔਰਤ ਇੱਕ ਸੇਂਟ ਬਣ ਸਕਦੀ ਸੀ ਜਿੱਦਾਂ ਮੀਰਾ ਭਾਈ ਸੀਗੀ ਸੇਂਟ ਮੀਰਾ ਭਾਈ ਦੇ ਇਹਨਾਂ ਨੇ ਸਲੋਕ ਵਿੱਚੋਂ ਕੱਢ ਦਿੱਤੇ ਹੈਗੇ ਨੇ ਗ੍ਰੰਥ ਸਾਹਿਬ ਵਿੱਚੋਂ ਤਾਂ ਕਿ ਜਿਹੜਾ ਹੈਗਾ ਨਾ ਉਸੇ ਕੀਰਤਨ ਜਿਹੜਾ ਉਹ ਆਦਮੀ ਕਰਨ ਅਤੇ ਮੇਰੀ ਮਗਦਾਲਨ ਉਹ ਵੀ ਸੀਗੀ ਔਰਤ ਸੀਗੀ ਉਹ ਵੀ ਸੇਂਟ ਸੀਗੀ ਅਤੇ St.Photina ਸਮੈਰੀਟਨ ਗੋਮਨੈਟ ਦੀ ਗੱਲ ਉਹ ਵੀ ਸੀਗੀ ਆਪਣੇ ਔਰਤ ਸੀਗੀ ਇਸ ਕਰਕੇ ਜਿਹੜਾ ਪ੍ਰਚਾਰ ਹੈਗਾ ਸਿੱਖੀ ਦਾ ਉਹ ਔਰਤ ਵੀ ਉਨਾ ਕਰ ਸਕਦੀ ਜਿੰਨਾ ਕਿ ਆਦਮੀ ਕਰ ਸਕਦਾ ਹੈਗਾ ਅਤੇ ਇਸ ਕਰਕੇ ਉੱਥੇ ਹਰਿਮੰਦਰ ਸਾਹਿਬ ਔਰਤ ਵੀ ਕੀਰਤਨ ਕਰ ਸਕਦੀ ਹੈਗੀ ਅਤੇ ਉਹ ਜਦੋਂ ਕੱਢੇ ਸੀਗੇ ਇਹ ਜਿਹੜੀ ਆਮ ਤੌਰ 'ਤੇ ਹੈਗਾ ਨਿਰਮਲ ਸੰਤ ਜਿਹੜੇ ਹੁੰਦੇ ਨਾ ਇਹਨਾਂ ਨੂੰ ਜਿਹੜੀ ਹੈਗੀ ਐਜੂਕੇਸ਼ਨ ਜਿਹੜੀ ਹੈਗੀ ਵੇਦਾਂ ਦੀ ਇਹਨਾਂ ਨੂੰ ਮਿਲਦੀ ਆਦਮੀਆਂ ਨੂੰ ਔਰਤਾਂ ਨੂੰ ਨਹੀਂ ਮਿਲਦੀ ਮਿਡਲ ਈਸਟ 'ਚ ਵੀ ਜਿਹੜੀਆਂ ਸੀਗੀਆਂ ਔਰਤਾਂ ਉਹਨਾਂ ਨੂੰ ਰਬਾਈ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀਗੀ ਆਦਮੀ ਕਰਦੇ ਹੁੰਦੇ ਸੀਗੇ ਯਾਨੀ ਕਿ ਰਬਾਈ ਜਿਹੜਾ ਸੀਗਾ ਉਹ ਆਦਮੀ ਨੂੰ ਸਿਕਸ਼ਾ ਦਿੰਦਾ ਸੀ ਆਦਮੀ ਔਰਤ ਨੂੰ ਸਿਕਸ਼ਾ ਦਿੰਦਾ ਸੀ ਜਿਹੜਾ ਸਿੰਨ ਹੁੰਦਾ ਸੀ ਫਿਰ ਉਹ ਇੱਦਾਂ ਹੀ ਚੱਲਦਾ ਸੀਗਾ ਜਿਹਨੇ ਸਿਕਸ਼ਾ ਦੇਣੀ ਉਹਦੇ 'ਤੇ ਸਿਰ ਪੈਂਦਾ ਸੀਗਾ ਜੇ ਤੁਸੀਂ ਮਰਿਆਂਦਾ ਠੀਕ ਚੱਲੋਗੇ ਅਤੇ ਫਿਰ ਉਹ ਔਰਤ ਨੇ ਆਪਣੇ ਬੱਚਿਆਂ ਨੂੰ ਦੇਣੀ ਸਿਕਸ਼ਾ ਅਤੇ ਇਸ ਤਰ੍ਹਾਂ ਹੈਗਾ ਇਹ ਬਹੁਤ ਇੰਟਰਸਟਿੰਗ ਆ ਗਿਆ ਸਾਰੀਆਂ ਚੀਜ਼ਾਂ ਇੰਟਿਊਸ਼ਨ ਮਿਲਦੀਆਂ ਨੇ ਜਿਹੜੇ ਤੁਹਾਡੇ 'ਚ ਆਪ ਵਿਚਾਰੋ ਗਿਆਨੀ ਉਹ 'ਚ ਆਪ ਵਿਚਾਰੇ ਇਹ ਉਹਨਾਂ ਦੀ ਹੈਗਾ ਗਿਆਨ ਇਹ ਉਹਨਾਂ ਦੀ ਨਹੀਂ ਜਿਹੜੇ ਕਿਤਾਬੀ ਕੀੜੇ ਹੈਗੇ ਨੇ ਕਿਤਾਬਾਂ 'ਚ ਪੜ੍ਹ ਕੇ ਨਹੀਂ ਮਿਲਦਾ ਗਿਆਨ ਇਹ ਅਤੇ ਇੱਥੇ ਮੈਂ ਕੁਛ ਲਿਖਿਆ ਹੈਗਾ ਅਤੇ ਉਹ ਵੀ ਪੜ੍ਹ ਕੇ ਸੁਣਾ ਦਿੰਦਾ ਅਤੇ ਇਹ ਹੈਗਾ ਆਪਣੇ ਰਾਮ ਰਾਜੇ ਉੱਪਰ ਰਾਮ ਰਾਜੇ ਹੈਗਾ ਅਤੇ ਆਹ ਹੈਗਾ ਥੱਲੇ ਜਿਹੜਾ ਹੈਗਾ ਆਪਾਂ ਜਿੱਥੇ ਰਹੀਦਾ ਘਰਾਂ 'ਚ ਇਹ ਬਾਹਮਣ ਮੰਦਰ ਇਹ ਮੰਦਰ ਹੈਗੇ ਇਹ ਹਰਿਮੰਦਰ ਦੇ ਵਿੱਚ ਮਿਲਦਾ ਹੈਗਾ ਅਤੇ ਇੱਕ ਹੋਰ ਸੀਗਾ ਤੁੱਕ ਹੈਗੀ ਕਿ ਜਿਹੜਾ ਪਹਿਲਾਂ ਜਿਹੜਾ ਸੀਗਾ ਦੁਨੀਆਂ 'ਚ ਅੰਧੇਰਾ ਸੀਗਾ ਸਾਰਾ ਕੁਛ ਅਤੇ ਕੁਛ ਨਹੀਂ ਸੀਗਾ ਸੁੰਨ ਸੀਗੀ ਅਤੇ ਫਿਰ ਬਾਅਦ ਵਿੱਚ ਜਦੋਂ ਹਵਾ ਆਈ ਹਵਾ ਨੇ ਫਿਰ ਉਹ ਜਿਉਂਦੇ ਕੀਤੇ ਉਹ ਬਾਣੀ ਉਹ ਵੀ ਪੜ੍ਹੀ ਸੀ ਤੁੱਕ ਮੈਂ ਇੱਥੇ ਦੱਸਦਾ ਵੀ ਆਹ ਜਿਹੜਾ ਨਾ ਮਨੋਹਰਾ ਹੈਗਾ ਇਹ ਤਿੰਨ ਬੱਤੀਆਂ ਇੱਧਰ ਤਿੰਨ ਉੱਧਰ ਤਿੰਨ ਹੈਗਾ ਸੋਸ਼ਲ ਇਕਮੈਨੀਕਲ ਪੋਲੀਟੀਕਲ ਅਫੇਅਰ ਇਹੋ ਹੀ ਕਰੀਦੇ ਨਾ ਅਤੇ ਇੱਕ ਪਾਸੇ ਹੋਲੀ ਇੱਕ ਪਾਸੇ ਈਵਲ ਇਹ ਡੇਵਿਡ ਕ੍ਰੋਸ ਹੈਗਾ ਆਫ ਕਰਮਾਂ ਦਾ ਆਹ ਜਿਹੜੀ ਮਿਡਲ ਕੈਂਡਲ ਹੈਗੀ ਇਹ ਹੈਗੀ ਐਲੋਹੀਅਮ ਅੱਲਾ ਪਾਰਬ੍ਰਹਮ ਦੀ ਇਹ ਹੈਗੀ ਜਿਹੜੀ ਹਵਾ ਰੋਸ਼ਨੀ ਇਹਦੇ ਬਿਨਾਂ ਜਿਹੜੇ ਹੈਗਾ ਇਹ ਚੀਜ਼ਾਂ ਮਰੀਆਂ ਹੈਗੀਆਂ ਨੇ ਇਹਨਾਂ 'ਚ ਜਾਨ ਨਹੀਂ ਹੈਗੀ ਇਸ ਕਰਕੇ ਜਿਹੜੀ ਰੂਹ ਹੈਗੀ ਆਪਣੇ ਰੂਹ ਦਾ ਪਿਓ ਹੈਗਾ ਪਾਰਬ੍ਰਹਮ ਉਹ ਫਿਰ ਇਹਦੇ 'ਚ ਰੂਹ ਆਪਣੀ ਪਾਉਂਦਾ ਹੈਗਾ ਅਤੇ ਇਹ ਭਾਂਡੇ ਫਿਰ ਜਿਉਂਦੇ ਹੁੰਦੇ ਨੇ ਯਾਨੀ ਕਿ ਜਿਹੜਾ ਆਪਣੇ ਕੋਈ ਕੁੱਤਾ ਹੋਇਆ ਕੋਈ ਬਿੱਲੀ ਹੋਇਆ ਕੋਈ ਗਿੱਦੜ ਕੋਈ ਆਦਮੀ ਹੋਇਆ ਕੋਈ ਹਾਥੀ ਹੋਇਆ ਇਹਦੇ 'ਚ ਭਾਂਡੇ ਹੈਗੇ ਉਹ ਇਹਨਾਂ 'ਚ ਰੂਹ ਜਿਹੜੀ ਹੈਗੀ ਉਹ ਪਾਰਬ੍ਰਹਮ ਦੀ ਹੈਗੀ ਕੀੜੀ 'ਚ ਵੀ ਉਹ ਰੂਹ ਹੈਗੀ ਜਿਹੜੀ ਆਦਮੀ 'ਚ ਹੈਗੀ ਅਤੇ ਉਹਨੂੰ ਫਿਰ ਉਹ ਫਿਰ ਭਾਂਡਾ ਜਿਹੜਾ ਹੈਗਾ ਇਹ ਬਗੈਰ ਇਹਦੇ ਰੋਸ਼ਨੀ ਦੇ ਇੱਥੇ ਅੰਧੇਰਾ ਸੁੰਨਸਾਨ ਹੈਗੀ ਜਿੱਦਾਂ ਹੁੰਦੇ ਆਪਣੇ ਕਬਰਸਤਾਨ ਵਿੱਚ ਹੁੰਦੀ ਸੁੰਨਸਾਨ ਕਬਰਸਤਾਨ ਮੁਰਦੇ ਪਏ ਨੇ ਇੱਦਾਂ ਹੀ ਆਦਮੀ ਮੁਰਦਾ ਹੁੰਦਾ ਹੈਗਾ ਬਗੈਰ ਰੋਸ਼ਨੀ ਦੇ ਅਤੇ ਜਦੋਂ ਰੋਸ਼ਨੀ ਆਉਂਦੀ ਹੈਗੀ ਫਿਰ ਉਹਨੂੰ ਜਿੰਦਾ ਕਰਦੀ ਹੈਗੀ ਫਿਰ ਉਹਦੇ 'ਚ ਲਾਈਟ ਆਉਂਦੀ ਹੈਗੀ ਚਾਨਣ ਹੁੰਦਾ ਉਹਦੇ 'ਚ ਫਿਰ ਉਹ
ਤੁਰਦਾ ਫਿਰਦਾ ਹੈਗਾ ਤੇ ਇੱਥੇ ਹੈਗਾ ਲਿਖਿਆ ਮੈਂ ਵਾਈ ਵੁਮੈਨ ਆਰ ਨਾਟ ਅਲਾਊਡ ਟੂ ਡੂ ਕੀਰਤਨ ਐਟ ਹਰਿਮੰਦਰ ਸਾਹਿਬ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੈਵਰ ਬਪਟਾਈਜ਼ਡ ਏ ਵੁਮੈਨ ਬਟ ਓਨਲੀ ਦੀ ਸੰਨਸ ਆਫ ਸ਼ਿਵ ਦੇ ਸ਼ਿਵਾ ਵਰ ਮੋਹੇ ਸ਼ਿਵ ਦੇ ਜਿਹੜੇ ਹੈਗੇ ਨੇ ਉਹ ਬੰਦੇ ਦੇ ਪੁੱਤਰ ਹੈਗੇ ਨੇ ਤੇ ਉਹਦਾ ਬਣ ਲਈ ਤੁਹਾਨੂੰ ਜਿਹੜਾ ਹੈਗਾ ਕੋਵਨੈਂਟ ਆਦਮ ਤੇ ਆਦਮ ਦੇ ਉਹਦੇ ਪੁੱਤਰ ਬੰਦੇ ਦੇ ਪੁੱਤਰ ਆਦਮ ਜਿਹੜਾ ਹੈਗਾ ਉਹ ਸ਼ਿਵ ਹੈਗਾ ਨਾ ਦੇ ਸ਼ਿਵਾ ਵਰ ਮੋਹੇ ਯਾਨੀ ਕਿ ਬੰਦੇ ਦੇ ਪੁੱਤਰ ਆਓ ਤੇ ਆਪਾਂ ਸ਼ੈਤਾਨ ਨਾਲ ਲੜੀਏ ਇਹ ਹੈਗਾ ਪਾਰਬ੍ਰਹਮ ਗੋਡ ਤੇ ਇੱਥੇ ਹੈਗਾ ਜਿਹੜੀ ਹੈਗੀ ਬਾਣੀ ਸਤਿਗੁਰੂ ਨਾਨਕ ਦੇਵ ਜੀ ਨੇ ਪਾਰਬ੍ਰਹਮ ਦੀ ਇੰਟਰੋਡਕਸ਼ਨ ਦਿੱਤੀ ਹੈਗੀ ਜੀਜ਼ ਕ੍ਰਾਈਸਟ ਜੀਜ਼ ਨੇ ਵੀ ਇਹੋ ਹੀ ਦਿੱਤੀ ਹੈਗੀ ਸੈਕਿੰਡ ਕਮਿੰਗ ਆਫ ਜੀਜ਼ ਨਾਨਕ ਸੀਗਾ ਨਾਨਕ ਸਤਿਗੁਰੂ ਸੀਗਾ ਗੁਰੂ ਨਹੀਂ ਸੀਗਾ ਉਹ ਤੇ ਸਤਿਗੁਰੂ ਨੂੰ ਅੰਗਰੇਜ਼ੀ ਚ ਕ੍ਰਾਈਸਟ ਕਹੀਦਾ ਹੈਗਾ ਮਸਾਇਆ ਤੇ ਇੱਥੇ ਹੈਗਾ ਆਦਮ ਤੇ ਆਦਮ ਦੇ ਥੱਲੇ ਹੁੰਦੀਆਂ ਨਸਲਾਂ ਨਸਲਾਂ ਦੇ ਥੱਲੇ ਕੌਮਾਂ ਕੌਮਾਂ ਦੇ ਇੱਦਾਂ ਥੱਲੇ ਜੇ ਤੁਸੀਂ ਇੱਥੇ ਹਿੰਦੂ ਸਿੱਖ ਪਾ ਦਿਓ ਨਾ ਇੱਥੇ ਤਾਂ ਤੁਹਾਨੂੰ ਆਦਮ ਦੇ ਨਾਲ ਤੁਹਾਡਾ ਟੁੱਟ ਜਾਂਦਾ ਹੈਗਾ ਜਦੋਂ ਟੁੱਟ ਜਾਂਦਾ ਤੁਸੀਂ ਬੰਦੇ ਦੇ ਪੁੱਤਰ ਨਹੀਂ ਪਰ ਸ਼ੈਤਾਨ ਦੇ ਪੁੱਤਰ ਬਣ ਜਾਂਦੇ ਸ਼ੈਤਾਨ ਦੇ ਪੁੱਤਰਾਂ ਲਈ ਇਹ ਨਹੀਂ ਹੈਗਾ ਆਪਣੇ ਖਾਲਸਾ ਖਾਲਸਾ ਹੈਗੇ ਉਹ ਜਿਹੜੇ ਬੰਦੇ ਦੇ ਪੁੱਤਰ ਹੈਗੇ ਉਹੀ ਉਹ ਪਠਾਨ ਜਿਹੜੇ ਉਹਨੇ ਬੁੱਧੂ ਸ਼ਾਹ ਨੇ ਦਿੱਤੇ ਸੀਗੇ ਵੀ ਇਹਨਾਂ ਨੂੰ ਭਰਤੀ ਕਰ ਲਓ ਉਹ ਨਮਕ ਹਰਾਮੀ ਨਿਕਲੇ ਸ਼ੈਤਾਨ ਦੇ ਪੁੱਤਰ ਉਹਨਾਂ ਨੇ ਖਾਲਸਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਫਿਰ ਜਦੋਂ ਬੁੱਧੂ ਸ਼ਾਹ ਨੂੰ ਉਹਨੇ ਉਲਾਮਾ ਦਿੱਤਾ ਵੀ ਆਹ ਤੇਰਾ ਜਿਹੜੀ ਦਿੱਤੇ ਸੀ ਆਹ ਹੋਏ ਉਹਨੇ ਆਪਣੇ ਪੁੱਤਰ ਤੇ ਆਪ ਗਿਆ ਸੀਗਾ ਤੇ ਆਪ ਫਿਰ ਲੜਿਆ ਪੁੱਤਰਾਂ ਨੂੰ ਕੱਢਿਆ ਜਾਓ ਲੜੋ ਤੇ ਉਹਨੇ ਫਿਰ ਜਿਹੜੇ ਜੀ ਬੰਦੇ ਦੇ ਪੁੱਤਰ ਕੱਢੇ ਸੀ ਫਿਰ ਬਾਅਦ ਵਿੱਚ ਤੇ ਉਹਨੂੰ ਫਿਰ ਪੁੱਛਿਆ ਵੀ ਜਦੋਂ ਉਹ ਸ਼ਹੀਦ ਹੋ ਗਿਆ ਨਾ ਉਹਦੇ ਤੇ ਉਹਨੂੰ ਪੁੱਛਿਆ ਵੀ ਤੂੰ ਮੰਗ ਕੀ ਮੰਗਣਾ ਵੀ ਨਾਂ ਦਾ ਸੀਗਾ ਬੁੱਧੂ ਸ਼ਾਹ ਦਾ ਮਤਲਬ ਬੁੱਧੂਆਂ ਦਾ ਸਾਰਿਆਂ ਦਾ ਵੱਡਾ ਸ਼ਾਹ ਬੁੱਧੂਆਂ ਮੇਰੇ ਬੇਵਾਕੂਫਾਂ ਦਾ ਪਰ ਉਹਨੇ ਮੰਗ ਮੰਗੀ ਇੱਕ ਨੰਬਰ ਦੀ ਕੰਘਾ ਬਾਰਾਂ ਸਮੇਤ ਕੰਘਾ ਜਿਹੜਾ ਸਾਰਿਆਂ ਦੇ ਉੱਪਰ ਹੁੰਦਾ ਉੱਪਰ ਮਾਨ ਹੈਗਾ ਜਿੱਦਾਂ ਪਗੜੀ ਹੈਗੀ ਰੱਖੀ ਕੰਘਾ ਵੇਚਦਾ ਹੈਗਾ ਯਾਨੀ ਕਿ ਸਾਰਿਆਂ ਨੇ ਵੱਡੀ ਇੱਜ਼ਤ ਲੈ ਗਿਆ ਉਹ ਮਾਨ ਲੈ ਗਿਆ ਇਸੇ ਤਰ੍ਹਾਂ ਰਾਏ ਪੁਰਾਰ ਰਾਏ ਪੁਰਾਰ ਰਾਏ ਮੈਨਾ ਹੁੰਦਾ ਬਾਦਸ਼ਾਹ ਸ਼ਾਹ ਬਈ ਅਤੇ ਪੁਲਾੜ ਹੁੰਦਾ ਭੁੱਲੇ ਹੋਏ ਜਿਹੜਾ ਭੁੱਲਿਆ ਹੋਇਆ ਉਹਨੂੰ ਪੁਲਾੜ ਉਹਦੀ ਕੌਮ ਪੱਟੀ ਸੀ ਨਾ ਪੱਟੀ ਰਾਜਪੂਤ ਘੜਾਉਂਦਾ ਸੀ ਨਾ ਰਾਜਪੂਤ ਕੋਈ ਕੌਮ ਨਹੀਂ ਗੀ ਇਹ ਰਾਜੇ ਦਾ ਪੁੱਤ ਨਹੀਂ ਹੁੰਦਾ ਰਾਜੇ ਦੀ ਰਈਅਤ ਹੁੰਦੀ ਉਹ ਜੱਟਪੂਤ ਸੀਗਾ ਅਮੀਰ ਸੀਗਾ ਮਾਮਲਾ ਨੇ ਦਖਣਾ ਲੈਣ ਲਈ ਉਹਦੇ ਚਿੱਤਣਾ 'ਚ ਖੰਭ ਦਿੱਤਾ ਕਿ ਤੂੰ ਤਾਂ ਰਾਜਿਆਂ ਦਾ ਪੁੱਤ ਹੈਗਾ ਉਹ ਜਿਹੜੇ ਗਰੀਬ ਹੈਗੇ ਨਾ ਪੱਟੀ ਉਹ ਜੱਟਾਂ ਦੇ ਪੁੱਤ ਹੈਗੇ ਨੇ ਉਹਨਾਂ ਨੇ ਦੋਨਾਂ 'ਚ ਪਾਤਾ ਖੇੜਾ ਪਾਤਾ ਬਾਹਮਣਾਂ ਨੇ ਉਹ ਆਪਣੇ ਜਿਹੜੇ ਜੱਟ ਬੇਵਕੂਫ ਹੁੰਦੇ ਨੇ ਅਤੇ ਉਹ ਜਿਹੜੇ ਅਮੀਰ ਜੱਟ ਸੀ ਉਹਨਾਂ ਨੂੰ ਫਿਰ ਉਹਨਾਂ ਨੇ ਰਾਜਾ ਰਾਜਿਆਂ ਦੇ ਪੁੱਤ ਕਹਿ ਦਿੱਤਾ ਰਾਜਪੂਤ ਉਹਨਾਂ ਦੀ ਕੌਮ ਬਣਾ ਦਿੱਤੀ ਅਤੇ ਜਿਹੜੇ ਗਰੀਬ ਸਨ ਉਹਨਾਂ ਨੂੰ ਜੱਟ ਹੀ ਰਹਿਣ ਦਿੱਤਾ ਦਖਣਾ ਉਹਨਾਂ ਨੂੰ ਜ਼ਿਆਦਾ ਫਿਰ ਮਿਲਦੀ ਸੀ ਜਦੋਂ ਰਾਜਪੂਤ ਕਹਿੰਦੇ ਸੀ ਉਹਨਾਂ ਨੂੰ ਉਹਨਾਂ ਦੀ ਵਡਿਆਈ ਹੁੰਦੀ ਸੀ ਉਹ ਫਿਰ ਵੱਡ ਹੋਰ ਦਿੰਦੇ ਸੀ ਜ਼ਿਆਦਾ ਕਿ ਜੇ ਅਸੀਂ ਕੱਟ ਦਿੱਤਾ ਸਾਨੂੰ ਉਹ ਜੱਟਾਂ ਦੇ ਬਰਾਬਰ ਹੀ ਸਮਝਣਗੇ ਬਾਹਮਣ ਮੇਰਾ ਨਾ ਬਾਣੀਏ ਦੀ ਕਮਾਈ ਮਕਾਨ ਨੇ ਖਾਈ ਅਤੇ ਜੱਟ ਜਿਹੜਾ ਹੈਗਾ ਆਪਣੇ ਵਿਆਹ ਸ਼ਾਦੀ ਦੇ ਆਪਣੇ ਦੂਏ ਕਰ ਦਿੰਦਾ ਹੈ ਆਪਣੀ ਇੱਜ਼ਤ ਲਈ ਵੀ ਮੈਂ ਉਹਦੇ ਨਾਲ ਵੱਡਾ ਬਣਾ ਉਹਦੇ ਨਾਲ ਵੱਡਾ ਬਣਾ ਦਾਜ ਉਹਦੇ ਨਾਲ ਵੀ ਜ਼ਿਆਦਾ ਲਿਆ ਮੈਂ ਉਹਦੇ 'ਚ ਇਹ ਆ ਜਾਂਦੀ ਹੈ
ਤੇ ਇਸ ਤਰ੍ਹਾਂ ਹੈਗਾ ਕਿ ਇਹ ਜਿਹੜਾ ਸੀਗਾ ਆਪਣੇ ਹਰਿਮੰਦਰ ਸਾਹਿਬ, ਇਹ ਹੈਗਾ ਸਿੱਖ ਭਗਤਨ ਅਤੇ ਨਿਰਮਲੇ ਸੰਤਨ ਲਈ। ਨਿਰਮਲ ਸੰਤਾਂ ਦਾ ਹੈਗਾ ਅਕਾਲ ਤਖ਼ਤ ਅਤੇ ਹਰਿਮੰਦਰ ਹੈਗਾ ਸਿੱਖ ਭਗਤਨ ਲਈ। ਸਿੱਖ ਭਗਤਨ ਹੈਗਾ ਜੇ ਕੋਈ ਉਹਨਾਂ ਦੇ ਚਪੇੜ ਮਾਰੇ ਉਹਨੇ ਦੂਜੀ ਗੱਲ ਕਰਨੀ। ਨਿਰਮਲੇ ਸੰਤ ਹੈਗੇ ਨੇ ਉਹਨਾਂ ਨੇ ਨਾਮ ਦਾ ਖੰਡਾ ਚਲਾਉਣਾ, ਉਹਨਾਂ ਲੋਹੇ ਦਾ ਖੰਡਾ ਨਹੀਂ ਚਲਾਉਣਾ। ਇਸ ਕਰਕੇ ਇਹ ਦੋਨਾਂ ਦਾ ਕਰੂਰਾ ਰਲਦਾ ਹੈਗਾ, ਸਿੱਖਾਂ ਦਾ ਅਤੇ ਨਿਰਮਲੇ ਸੰਤਾਂ ਦਾ। ਚਾਰ ਪੰਥ ਹੈਗੇ ਨਾ, ਪਹਿਲਾ ਪੰਥ ਹਿੰਦੂ, ਹਿੰਦੂ ਜੇ ਕੋਈ ਚਪੇੜ ਮਾਰੇ ਉਹਦੇ ਦੋ ਮਾਰਨੀ ਉਹਨੇ। ਫਿਰ ਹੈਗਾ ਸਿੱਖ ਉਲਟੀ, ਉਹਨੇ ਇੱਕ ਚਪੇੜ ਮਾਰਨੀ ਉਹਨੇ ਦੂਜੀ ਗੱਲ ਕਰਨੀ ਉਲਟਾ, ਇੱਥੇ ਉਲਟੀ ਪਈ। ਫਿਰ ਖਾਲਸਾ ਹੈਗਾ ਉਲਟੀ, ਸਿੱਖ ਨੇ ਨਿਮਰਤਾ ਨਾਲ ਉਹਨੂੰ ਜਿੱਤਣਾ ਹੈਗਾ, ਉਹਨੇ ਕਿਰਪਾਨ ਨਾਲ ਉਹਨੂੰ ਫਿਰ ਸੋਧਣਾ ਹੈਗਾ ਜਿਹੜਾ ਨਹੀਂ ਮੰਨਦਾ। ਅਤੇ ਨਿਰਮਲ ਸੰਤ ਜਿਹੜੇ ਉਲਟੀ ਇਹ ਚੜਾਉਂਦੇ ਨੇ ਲੋਹੇ ਦੀ ਕਿਰਪਾਨ, ਇਹ ਨਾਮ ਦਾ ਖੰਡਾ ਡਬਲ ਐਚ ਸੋਲ, ਇਹ ਸਾਰੇ ਇੱਕ ਪੰਥ ਦੂਜੇ ਪੰਥ ਆ ਉਲਟਾ ਹੁੰਦਾ ਹੈਗਾ। ਇਸ ਕਰਕੇ ਭਾਈ ਕਨੇਜਾ ਜੀ ਉੱਥੇ ਸਿੱਖ ਸੀਗੇ, ਉਹ ਲੋਕਾਂ ਦੀ ਮਲਮ ਪੱਟੀ ਕਰਦੇ ਸੀ ਬਗੈਰ ਵਿੱਚ ਘਰੇ ਦੇ, ਅਤੇ ਖਾਲਸਾ ਆਪਣੇ ਮਾਰ ਕੁਟਾਈ ਕਰੀ ਜਾਂਦਾ ਸੀ, ਅਤੇ ਉਹ ਜਾ ਕੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਸੀ ਤਾਂ ਮਾਰਦੇ ਉਹ ਮਲਮ ਪੱਟੀ ਕਰੀ ਨਾ ਉਹਨਾਂ ਦੀ। ਫਿਰ ਉਹਨੂੰ ਮਲਮ ਪੱਟੀ ਦਿੱਤੀ ਸੀ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ ਵੀ ਆਹ ਲਾਇਆ ਕਰ ਚੰਗੀ ਉਹਦੇ ਉਹਦੀ ਉਹਨੇ ਸੇਵਾ ਲਈ, ਜਿਹੜਾ ਸੀ ਆਪਣੇ ਸੱਚੇ ਪਾਤਸ਼ਾਹ ਸਤ ਹੁੰਦਾ ਹੈਗਾ ਉਹ ਸਤਿਗੁਰੂ ਤੋਂ ਵੱਡਾ ਹੁੰਦਾ ਹੈਗਾ, ਜਿੱਦਾਂ ਵਿਸ਼ਨੂੰ ਤੋਂ ਵੱਡਾ ਸ਼ਿਵ ਹੁੰਦਾ ਹੈਗਾ, ਸੱਚੇ ਪਾਤਸ਼ਾਹ ਪਾਰ ਸ਼ਿਵ ਹੁੰਦਾ ਹੈਗਾ ਅਤੇ ਸਤਿਗੁਰੂ ਪਾਰ ਵਿਸ਼ਨੂੰ ਹੁੰਦਾ ਹੈਗਾ। ਅਤੇ ਰਾਮ ਚੰਦਰ ਜੀ ਵਿਸ਼ਨੂੰ ਦੇ ਅਵਤਾਰ ਸਨ, ਅਤੇ ਕ੍ਰਿਸ਼ਨ ਜਿਹੜੇ ਸੀਗੇ ਉਹ ਸ਼ਿਵ ਦੇ ਅਵਤਾਰ ਸਨ, ਉਹ ਵਿਸ਼ਨੂੰ ਦੇ ਅਵਤਾਰ ਨਹੀਂ ਸੀਗੇ। ਬ੍ਰਾਹਮਣਾਂ ਨੂੰ ਪਤਾ ਨਹੀਂ ਹੈ ਇਸ ਚੀਜ਼ ਦਾ, ਇਹ ਨਾਂ ਹੀ ਜਿਹੜਾ ਹੈਗਾ ਨਾ ਉਹਦਾ ਕ੍ਰਿਸ਼ਨ ਬਲਦੇਵ, ਬਲਦੇਵ ਹੈ ਨਾ ਬਲਦਾ ਦੇਵਤਾ, ਬਲਦਾ ਦੇਵਤਾ ਫਿਰ ਉਹ ਸ਼ਿਵ ਦਾ ਹੀ ਹੋਇਆ ਨਾ, ਅਤੇ ਉਹ ਰਾਮ ਦਾ ਚੰਦ ਸੀਗਾ ਫਿਰ ਰਾਮ ਚੰਦਰ। ਰਾਮ ਹੈਗਾ ਜਿਹੜਾ ਅੰਦਰ ਰਮ ਰਿਹਾ ਹੈਗਾ। ਸੋ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੈਵਰ ਬਾਪਟਾਈਜ਼ਡ ਏ ਵੂਮੈਨ ਬਟ ਓਨਲੀ ਦੀ ਸੰਸ ਆਫ ਸ਼ਿਵ, ਮਾਈ ਭਾਗੋਂ ਗਈ ਸੀ ਉਹਨੂੰ ਅੰਮ੍ਰਿਤ ਨਹੀਂ ਛਕਾਇਆ ਉਹਨਾਂ ਨੇ, ਅਤੇ ਜਿਹੜਾ ਅੰਮ੍ਰਿਤ ਬੁੱਢੀਆਂ ਨੂੰ ਛਕਾਉਣ ਲੱਗੇ ਨੇ ਇਹ ਬਾਅਦ ਵਿੱਚ ਜਿਹੜੇ ਸੀਗੇ ਇੱਕ ਤਰਖਾਨ ਸੀ ਉਹਨੇ ਸ਼ੁਰੂ ਕਰ ਦਿੱਤਾ ਸੀਗਾ। ਇਹ ਸਾਰੀਆਂ ਜਿਹੜੀਆਂ ਨੇ ਖੱਤਰੀਆਂ ਨੇ ਅਤੇ ਤਰਖਾਣਾਂ ਇੱਦਾਂ ਰਲ ਕੇ ਇਹਨਾਂ ਨੇ ਵਿੱਚ ਸਾਰੀ ਗੜਬੜ ਕੀਤੀ ਜੀ, ਜੱਟਾਂ ਨੇ ਨਹੀਂ ਇੰਨੀ ਕੀਤੀ। ਆਊਟ ਆਫ ਦੀਜ ਖਾਲਸਾਸ ਜਿਹੜੇ ਇਹਨਾਂ ਨੂੰ ਅੰਮ੍ਰਿਤ ਛਕਾਇਆ ਸੀ ਜਦੋਂ ਉਦੋਂ ਉਹਨਾਂ ਦਾ ਇੱਕ ਦਾ ਸਿਰ ਅਤੇ ਦੂਜੇ ਦਾ ਧੜ ਸੀਤਾ ਸੀਗਾ, ਪੰਜਾਂ ਦੇ ਸਿਰ ਸਟੇਜ 'ਤੇ ਲਾਏ ਸੀਗੇ, ਇੱਕ ਦਾ ਸਿਰ ਅਤੇ ਦੂਜੇ ਦਾ ਧੜ ਸੀਤਾ ਸੀ। ਅੰਮ੍ਰਿਤ ਉਹਨਾਂ ਨੂੰ ਜੀਵਤ ਕੀਤਾ ਸੀ, ਜਦੋਂ ਜੀਵਤ ਹੋ ਗਿਆ ਉਹਨੂੰ ਕਿਹਦੇ ਘਰ ਜਾਣਗੇ, ਸਿਰ ਵਾਲੇ ਦੇ ਘਰ ਜਾਣਗੇ ਕਿ ਧੜ ਵਾਲੇ ਦੇ? ਜਿਹੜਾ ਅੰਮ੍ਰਿਤ ਛੱਕ ਲੈਂਦਾ ਫਿਰ ਉਹ ਵਾਪਸ ਘਰ ਨੂੰ ਨਹੀਂ ਜਾਂਦਾ, ਇਹ ਜਿਹੜੇ ਅੰਮ੍ਰਿਤ ਛੱਕ ਕੇ ਘਰ ਨੂੰ ਤੁਰੇ ਫਿਰਦੇ ਨੇ ਇਹ ਹੈਗੇ ਗਧੇ ਖਾਲਸੇ। ਨਾਨਕ ਤੇ ਨਾਲ ਅਸਰ ਖਾਰ ਜੇ ਗਿਣ ਗੁਣ ਗ੍ਰਭ ਗ੍ਰੰਥ, ਅਤੇ ਇਹਨਾਂ ਦੀ ਇਹੋ ਹੀ ਹੈਗੀ ਜਿਹੜਾ ਹੈਗਾ। ਅਤੇ ਉਹਨਾਂ ਨੇ ਇਹ ਸਾਰਾ ਜਿਹੜਾ ਗੁਰਦੁਆਰੇ ਚ ਅੰਮ੍ਰਿਤ ਛਕਦੇ ਛੁਕਦੇ ਨੇ ਇਹ ਤਖਸਾਂ ਨੇ ਛਕੀ ਲੈਗਾ, ਇਹ ਸਾਰੀ ਜਿਹੜੀ ਹੈਗੀ ਮਰਿਆਦਾ ਦਾ ਭੰਗ ਖੱਤਰੀਆਂ ਨੇ ਕੀਤੀ ਗਈ। ਖੱਤਰੀ ਸਿੱਖੀ ਦੇ ਇੱਕ ਨੰਬਰ ਦੇ ਦੁਸ਼ਮਣ ਹੈਗੇ ਨੇ, ਅਤੇ ਇਹ ਅੱਜ ਕੱਲ੍ਹ ਮੋਹਰੀ ਬਣੇ ਹੋਏ ਨੇ। ਬਾਬੇ ਬਕਾਲੇ ਬਾਈ ਮੰਜੀਆਂ ਡਾ ਕੇ ਬਹਿ ਗਿਆ ਸੀਗੇ ਠੱਗਣ ਲਈ,
No woman can run Vedas. Vedas jagaga sirf aadmiyan nu di jandi shiksha. Ki aadmiyan di pehchan hundi hai ki phlane kabile da ga. Jadon aurat da vyah hunda ohdi pehchan jehdi hai oh badli jandi hai. Gosht nikala. ਇਸ ਲਈ ਉਹਨਾਂ ਨੂੰ ਦਿੱਤਾ ਜਾਂਦਾ ਜਿਹਨਾਂ ਦਾ ਇੱਕ ਪਛਾਣ ਰਹਿੰਦੀ ਉਹ ਆਦਮੀ ਹੈਗੇ ਨੇ ਤੇ ਭਗਤ ਜਿਹੜਾ ਹੈਗਾ ਉਹ ਔਰਤ ਵੀ ਬਣ ਸਕਦੀ ਤੇ ਆਦਮੀ ਵੀ ਬਣ ਸਕਦਾ ਕਿ ਉਹਦੇ 'ਚ ਰੂਹ ਦਾ ਕੰਮ ਹੈਗਾ ਮਨ ਦਾ ਕੰਮ ਹੈਗਾ ਤਨ ਦਾ ਨਹੀਂ ਬਟ ਓਨਲੀ ਦੀ ਮੈਨ ਦੈਟ ਇਜ਼ ਵਾਈ ਦੀ ਪੀਪਲ ਹੂ ਰੀਡ ਆਦਗ੍ਰੰਥ ਆਰ ਮੈਨ ਮੋਸਟਲੀ ਆਦਗ੍ਰੰਥ ਹੈਗੇ ਮੋਸਟਲੀ ਮੈਨ ਹੈਗੇ ਕਿਉਂ ਉਹ ਨਿਰਮਲ ਸੰਤ ਆਦਮੀ ਸੀਗੇ ਸਾਰੇ ਉਹਨਾਂ 'ਚ ਔਰਤ ਕੋਈ ਨਹੀਂ ਸੀਗੀ ਬਟ ਵੂਮੈਨ ਆਰ ਆਲਸੋ ਅਲਾਊਡ ਬਿਕਾਜ਼ ਇਨ ਸਿੱਖਇਜ਼ਮ ਯੂਅਰ ਮਨ ਜਿਹਨੂੰ ਨਫਸ ਕਹੀਦਾ ਹੈਗਾ ਮਾਇੰਡ ਇਜ ਕੰਸਰਨਡ ਐਂਡ ਨਾਟ ਦੀ ਫਿਜੀਕਲ ਬਾਡੀ ਐਜ ਇਨ ਹਿੰਦੂਇਜ਼ਮ ਦੈਟ ਇਜ਼ ਵਾਈ ਦੈਟ ਆਲ ਦੀ ਰਬਾਈਜ਼ ਆਰ ਮੈਨ ਰਬਾਈ ਜਿਹੜੇ ਹੈਗੇ ਉਹ ਵੀ ਬ੍ਰਾਹਮਣ ਜਾਂ ਰਬਾਈ ਉਹ ਸਾਰੇ ਆਦਮੀ ਹੁੰਦੇ ਨੇ ਅੱਜ ਕੱਲ੍ਹ ਤਾਂ ਔਰਤਾਂ ਵੀ ਬ੍ਰਾਹਮਣ ਦਾ ਕੰਮ ਕਰਨ ਲੱਗ ਪਈਆਂ ਤੇ ਨਾਲੇ ਰਬਾਈ ਵੀ ਜਿਹੜੀਆਂ ਉਹ ਔਰਤਾਂ ਵੀ ਬਣ ਗਈਆਂ ਨੇ ਇਹ ਹੈਗਾ ਡਾਰਕਨੈਸ ਅੰਧੇਰਾ ਬਟ ਟੂਡੇ ਨਥਿੰਗ ਇਜ਼ ਸਟਕ ਟੂ ਇਨ ਐਨੀ ਪ੍ਰਿੰਸੀਪਲ ਕੋਈ ਵੀ ਨਹੀਂ ਹੈਗਾ ਤੇ ਇੱਕ ਉਹ ਸੀਗਾ ਪੁਆਇੰਟ ਉਹਨਾਂ ਨੇ ਕੀਤਾ ਸੀਗਾ ਕਿ ਜਿਹੜਾ ਪਹਿਲਾਂ ਸੀ ਸਾਰਿਆਂ ਵੀ ਨੋ ਲਾਈਟ ਇੱਥੇ ਸੁੰਨ ਸੀਗੀ ਸੁੰਨ ਹੁੰਦੀ ਗੀ ਜਦੋਂ ਜਿੱਦਾਂ ਕਬਰਸਤਾਨ ਵਿੱਚ ਸੁੰਨ ਹੁੰਦੀ ਗੀ ਯਾਨੀ ਕਿ ਮੁਰਦੇ ਇਹ ਜਿਹੜਾ ਪੰਡ ਹੈਗਾ ਇਹ ਮੁਰਦਾ ਹੈਗਾ ਨਾ ਮਿੱਟੀ ਹੈਗੀ ਇਸ ਮਿੱਟੀ ਦੀ ਜਦੋਂ ਰੂਹ ਪੈਂਦੀ ਪਾਰਬ੍ਰਹਮ ਦੀ ਨਾ ਉਦੋਂ ਇਹ ਚਾਨਣ ਹੁੰਦਾ ਇਹਦੇ 'ਚ ਉਦੋਂ ਇਹ ਤੁਰਨ ਫਿਰਨ ਲੱਗਦਾ ਉਹ ਹਵਾ ਹੈਗੀ ਪਵਨ ਇਨ ਬ੍ਰਹਮਾ ਦੇਰ ਨੋ ਲਾਈਟ ਆਫ ਗੋਡ ਹੀ ਇਜ਼ ਏ ਘੁਮਿਆਰ ਪੋਟਰ ਜਿਹਨੂੰ ਉਹਨੂੰ ਪੋਟਰ ਕਹਿੰਦੇ ਜਾਂ ਘੁਮਿਆਰ ਜੋਤ ਆਰ ਲਾਈਫ ਕਮਸ ਫਰੋਮ ਪਾਰਬ੍ਰਹਮ ਐਂਡ ਦੈਨ ਵੀ ਹੈਵ ਲਾਈਫ ਇਨ ਦੀ ਕ੍ਰੀਏਸ਼ਨ ਫਿਰ ਉਹ ਸੁਣ ਨਹੀਂ ਰਹਿੰਦੀ ਫਿਰ ਉਹ ਚੁਰ ਪੈਂਦੀ ਕ੍ਰੀਏਸ਼ਨ ਯਾਨੀ ਕਿ ਜਿਉਂਦੀ ਜਾਗਦੀ ਬਣ ਜਾਂਦੀ ਹੈਗੀ ਪਵਨ ਆਰ ਹਵਾ ਇਜ਼ ਹਿਜ਼ ਵਰਡ ਇਹੋ ਹੀ ਕਹਿੰਦੇ ਇਨ ਦਾ ਬਿਗਨਿੰਗ ਆਫ ਦੀ ਵਰਡ ਐਂਡ ਦੀ ਐਂਡ ਵਰਡ ਦੈਨ ਬਿਗਨਿੰਗ ਤਾਂ ਉਹੀ ਵਰਡ ਹੀ ਹੋਇਆ ਨਾ ਤਦੇ ਉਹਦੇ 'ਚ ਜਿਹੜੀ ਸੁੰਨ ਸੀਗਾ ਪੱਥਰ ਸੀਗੇ ਜਿਹੜੇ ਆ ਘੁਮਿਆਰ ਨੇ ਬਣਾਏ ਸੀਗੇ ਇਹਨਾਂ 'ਚ ਜਾਨ ਤਦੇ ਪਈ ਨਾ ਬਾਅਦ ਵਿੱਚ ਦੈਟ ਵਾਜ ਇਨ ਦੀ ਬਿਗਨਿੰਗ ਐਂਡ ਦੈਟ ਗੋਟ ਇਨਫਿਊਜ਼ਡ ਇਨ ਟੂ ਦੀ ਪੋਟਸ ਆਫ ਕ੍ਰੀਏਸ਼ਨ ਕਾਲਡ ਨੇਚਰ ਟੂ ਮੇਕ ਇਟ ਅਲਾਈਵ Here it is. Yeah, the car. Sorry, the milk bottle is in the car. See, I got the... What are you back here?